ਕਿਸਾਨ ਭਰਾਵੋ, ਹਰ ਵਾਰ ਦੀ ਤਰ੍ਹਾਂ ਝੋਨੇ ਦੀ ਫਸਲ ਦਾ ਨਿਸਾਰਾ ਹੋਣ ਵਾਲਾ ਤੇ ਇਸ ਨਿਸਾਰੇ ਦੇ ਸਮੇਂ ਹਰੇਕ ਕਿਸਾਨ ਦੇਖੋ ਦੇਖ ਢੋਲੀਆਂ ਚੱਕਦੇ ਆ। ਪਹਿਲਾਂ ਵੀ ਕਾਫੀ ਵੀਡੀਓ ਪਾਈਆਂ, ਪਰ ਜਿਹੜੀ ਇਹ ਵੀਡੀਓ ਆ ਤੁਹਾਡੀ NPK ਸਪਰੇ ਹਾਂ ਕਿ 13045 ਕਰੀਏ ਕਿ 052-34 ਕਰੀਏ, ਫਿਰ ਬੋਰਨ ਜਿੰਕ ਵੀ ਅਸੀਂ ਪਾਉਣਾ ਹੈਗਾ, ਘਾਟ ਅਸੀਂ ਕੋਈ ਰਹਿਣ ਨਹੀਂ ਦੇਣੀ ਹੈਗੀ। ਤੇ ਅੱਜ ਕੱਲ੍ਹ ਨਵੀਆਂ ਖਾਦਾਂ ਆਈਆਂ ਹੋਈਆਂ ਜਿਵੇਂ 0932 ਹੈ, 12527-8 ਹੈ, ਜਾਂ ਕੋਈ ਹੋਰ ਲਿਕੁਇਡ ਵਾਲੀਆਂ ਵੀ NPK ਮਾਰਕੀਟ 'ਚ ਪਹੁੰਚ ਗਈਆਂ। ਮਤਲਬ ਕਿ ਤੁਹਾਡੇ ਕੋਲ ਆਪਸ਼ਨਾਂ ਬਹੁਤ ਹੋ ਗਈਆਂ, ਕਰਨੀਆਂ ਵੀ ਤੁਸੀਂ ਚਾਹੁੰਦੇ ਹੋ, ਫਾਇਦਾ ਵੀ ਤੁਸੀਂ ਲੈਣਾ ਚਾਹੁੰਦੇ ਹੋ, ਪਰ ਇਕੱਲੀ ਸਪਰੇ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ। ਪਹਿਲਾਂ ਤੁਸੀਂ ਇਸ ਗੱਲ ਦਾ ਜਵਾਬ ਲੈ ਲਵੋ ਕਿ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ, ਕਦੋਂ ਕਰਨਾ ਚਾਹੀਦਾ। ਤਾਂ ਮੇਰਾ ਖਿਆਲ ਵੀ ਡਾਕਟਰ ਕੁਲਦੀਪ ਜੀ ਨੇ ਆਪਣੇ ਚੈਨਲ ਦੇ ਉੱਤੇ ਵੀਡੀਓ ਬਹੁਤ ਟਾਈਮ 'ਚ ਦੀ ਅਪਲੋਡ ਕੀਤੀ ਹੋਈ ਆ ਕਿ ਇਹ ਤੁਹਾਨੂੰ ਪਤਾ ਤੁਹਾਡੇ ਖੇਤ ਦੇ ਵਿੱਚ ਕਿਹੜੀ ਵਰਾਇਟੀ ਲੱਗੀ ਹੋਈ ਹੈ ਅਤੇ ਉਹ ਕਿੰਨੇ ਦਿਨ ਦੀ ਆ, ਉਹ 140 ਦਿਨ ਦੀ ਆ ਕਿ 150 ਦਿਨ ਦੀ ਆ, 160 ਦਿਨ ਦੀ ਆ, ਜਾਂ 125 ਦਿਨ ਦੀ ਆ। ਬੀਜ ਧਰਤੀ 'ਚ ਪਾਉਣ ਤੋਂ ਲੈ ਕੇ ਬੀਜ ਤੁਹਾਡੀ ਟਰਾਲੀ ਦੇ ਵਿੱਚ ਡਿੱਗਣ ਤੱਕ ਦਾ ਟਾਈਮ ਦੀ ਮੈਂ ਗੱਲ ਕਰਦਾ, ਇਹ ਹਰ ਇੱਕ ਵਰਾਇਟੀ ਦਾ ਇੱਕ ਟਾਈਮ ਹੁੰਦਾ, ਵੱਖੋ ਵੱਖਰੇ ਏਰੀਏ ਵਿੱਚ ਕੋਈ 5 ਦਿਨ 7 ਦਿਨ ਦਾ ਫਰਕ ਪੈ ਵੀ ਸਕਦਾ ਹੁੰਦਾ ਕਿ ਜਦੋਂ ਆਪਾਂ ਬਿਜਾਈ ਕਰਦੇ ਹਾਂ ਕਿਸੇ ਡੇਟ ਦੇ ਵਿੱਚ ਤਾਂ ਉਹਦੀ ਵੱਢਣ ਦੀ ਤਰੀਕ ਵੀ ਲਿਖੀ ਜਾਂਦੀ ਹੈ। ਠੀਕ ਹੈ, ਅੰਦਾਜ਼ਾ ਮੁਤਾਬਕ ਵੀ 2-4 ਦਿਨ 5 ਦਿਨ ਇੱਧਰ ਉੱਧਰ ਹੋ ਸਕਦਾ ਮੌਸਮ ਦੇ ਮੁਤਾਬਕ, ਤਾਂ ਉਹ ਆਪਾਂ ਨੂੰ ਤਰੀਕ ਪਤਾ ਹੋਣੀ ਚਾਹੀਦੀ ਹੈ। ਤਾਂ ਉਸ ਤਰੀਕ ਤੋਂ ਲਗਭਗ 55-60 ਦਿਨ ਪਹਿਲਾਂ ਜਿਹੜੀ ਤੁਹਾਡੀ ਮੁੰਜਰ ਬਾਨੀ ਸਟਾਰਟ ਹੋ ਜਾਂਦੀ ਹੈ ਅਤੇ ਉਸ ਤੋਂ 8 ਦਿਨ ਪਹਿਲਾਂ ਤੁਸੀਂ ਇਹ ਕੰਮ ਕਰਨਾ ਹੁੰਦਾ। ਮਤਲਬ ਓਵਰਆਲ ਦੇਖੀਏ ਤੁਹਾਡੀ ਵੱਢਣ ਦੀ ਤੁਹਾਡੀ ਬਿਜਾਈ ਦੀ ਤਰੀਕ ਤੁਹਾਨੂੰ ਪਤਾ, ਵੱਢਣ ਦੀ ਤਰੀਕ ਤੁਸੀਂ ਪਤਾ ਕਰ ਲਓ ਵੀ ਕਿੰਨੇ ਦਿਨ ਦੀ ਵਰਾਇਟੀ ਲਾਈ ਹੋਈ ਹੈ। ਐਗਜ਼ਾਮਪਲ ਦੇ ਤੌਰ 'ਤੇ PR 126 ਹੈ ਜਿਹੜੀ, ਉਹ 123 ਦਿਨ ਦੀ ਵਰਾਇਟੀ ਹੈ, ਚਲੋ ਆਪਾਂ ਉਹਨੂੰ 125 ਦਿਨ ਤੱਕ ਵੀ ਮੰਨ ਲੈਂਦੇ ਹੈਗੇ ਹਾਂ। ਤਾਂ ਜੇਕਰ ਤੁਸੀਂ ਉਸ ਨੂੰ ਜਦੋਂ ਵੀ ਬਿਜਾਈ ਕੀਤੀ ਹੈ ਉਹਦੀ ਪਨੀਰੀ ਅਤੇ ਜਦੋਂ ਤੁਹਾਡੀ ਵੱਢਣ ਦੀ ਤਰੀਕ ਬਣਦੀ ਹੈਗੀ ਆ, ਉਹਦੇ ਵਿੱਚੋਂ ਤੁਸੀਂ ਸਿਰਫ ਅਤੇ ਸਿਰਫ 60 ਦਿਨ ਘਟਾ ਦੇਣੇ ਹੈਗੇ ਆ ਅਤੇ ਫਿਰ 1 ਹਫ਼ਤਾ ਹੋਰ ਘਟਾ ਦੇਣਾ ਹੈਗਾ। ਫਿਰ ਜਿਹੜੀ ਤਰੀਕ ਬਣਦੀ ਹੈ ਉਹਨਾਂ ਦੇ ਆਸੇ ਪਾਸੇ ਤੁਸੀਂ ਸਪਰੇ ਕਰਦੇ ਹੋ, ਕੋਈ ਵੀ NPK ਸਪਰੇ, ਭਾਵੇਂ ਦਲਾਲ ਰੂਪ ਦਲਾਲ ਘੋਲ ਕਰਦੇ ਹੋ, ਭਾਵੇਂ 052-34 ਕਰਦੇ ਹੋ, ਭਾਵੇਂ 13045 ਕਰਦੇ ਹੋ, ਜਾਂ ਕੋਈ ਹੋਰ ਗਰੋਥ ਪ੍ਰਮੋਟਰ ਕਰਦੇ ਹੋ ਜਿਹਦੇ ਨਾਲ ਹਾਈਟ ਨਾ ਵਧੇ, ਪਲਾਂਟ ਨੂੰ ਖੁਰਾਕੀ ਤੱਤਾਂ ਦੀ ਪੂਰਤੀ ਹੋਵੇ, ਜਿਹਦੇ ਵਿੱਚ ਪੋਟਾਸ਼ ਵੀ ਹੋਵੇ, ਥੋੜ੍ਹਾ ਮੋਟਾ ਫਾਸਫੋਰਸ ਹੋਵੇ ਚੱਲ ਜੂਗਾ, ਥੋੜ੍ਹਾ ਮੋਟਾ ਯੂਰੀਆ ਹੋਵੇ ਤਾਂ ਵੀ ਚੱਲ ਜੂਗਾ, ਜਿਵੇਂ 13045 ਹੁੰਦੀ। ਇਹ ਦੇਣ ਦਾ ਸਮੇਂ ਦੀ ਗੱਲ ਹੋ ਗਈ। ਠੀਕ ਹੈ, ਦੇਣੀ ਕਿੰਨੀ ਹੈ, ਬਹੁਤ ਲਾਈਟ ਡੋਜ ਦੇਣੀ ਹੈ। ਮੈਂ ਦੇਖਿਆ ਕਿ ਯੂਨੀਵਰਸਿਟੀ ਦੀ ਪਬਲੀਕੇਸ਼ਨ ਦੇ ਵਿੱਚ ਵੀ ਲਿਖਿਆ ਹੋਇਆ ਕਿ ਤੁਸੀਂ 2-3 ਕਿਲੋ ਤੱਕ 13045 ਦੇ ਸਕਦੇ ਹੋ, ਪਰ ਤੁਸੀਂ ਉੱਥੇ ਖਿਆਲ ਰੱਖੋ ਕਿ ਉੱਥੇ ਤੁਹਾਡਾ ਪਾਣੀ ਵੀ 200 ਲੀਟਰ ਹੋਣਾ ਚਾਹੀਦਾ। ਫਿਰ ਜੇ ਤੁਸੀਂ ਪਾਣੀ ਢੋਲੀਆਂ ਦੇ ਨਾਲ ਸਿਰਫ 70-80 ਲੀਟਰ ਲਾਉਣਾ ਹੈਗਾ ਤਾਂ ਫਿਰ ਤੁਹਾਡਾ ਜਿਹੜਾ ਉਹਦੀ ਡੋਜ ਘਟਾ ਲਓ 75 ਲੀਟਰ ਪਾਣੀ ਦੇ ਵਿੱਚ, ਤਾਂ ਮੇਰਾ ਖਿਆਲ ਵੀ 1 ਕਿਲੋ ਹੀ 13045 ਜਾਣੀ ਚਾਹੀਦੀ ਹੈ। ਨਹੀਂ ਤਾਂ ਕਿਸੇ ਦੀਆਂ ਨੋਕਾਂ ਮੱਚ ਗਈਆਂ, ਕਿਸੇ ਦੇ ਬੂਟੇ ਜਲ ਗਏ, ਸਾਈਡਾਂ ਤੋਂ ਬੁਹਾਰਾ ਢੋਲੀ ਦਾ ਪੈ ਗਿਆ ਅਤੇ ਉੱਚੇ ਵਧੇ ਹੋਏ ਝੋਨੇ ਦੇ ਉੱਪਰ ਜਿਹੜੀਆਂ ਮੁੰਜਰਾਂ ਨਿਕਲ ਤੋਂ ਪਹਿਲਾਂ ਝੰਡਾ ਪੱਤਾ ਨਿਕਲਿਆ ਹੋਇਆ, ਸਿੱਧਾ ਖੜਾ ਹੋਇਆ ਝੋਨਾ, ਤਾਂ ਉਹਦੀਆਂ ਮੁੰਜਰਾਂ ਪੱਤਿਆਂ ਦੇ ਉੱਪਰ ਵੱਜੀ ਹੋਈ ਸਪਰੇ ਦੇ ਨਾਲ ਪੱਤੇ ਜਲ ਜਾਂਦੇ, ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਕਿਸੇ ਸਪਰੇ ਦੇ ਨਾਲ। ਕਾਫੀ ਫਾਰਮਰ ਨੇ ਇਹ ਗਲਤੀ ਕਰਕੇ ਆਪਣੇ ਖੇਤਾਂ ਦੇ ਵਿੱਚ ਕ੍ਰੋਪ ਪ੍ਰੈਕਟਿਸ ਕੀਤੀ ਹੈਗੀ ਆ। ਚਲੋ ਝੰਡੇ ਪੱਤੇ ਤੋਂ ਜਿਹੜਾ ਪਹਿਲਾਂ ਪੱਤਾ ਆਇਆ ਹੋਇਆ ਉਹ 'ਤੇ ਕੋਈ ਇੱਦਾਂ ਦੀ ਗਲਤੀ ਹੋ ਜਾਏ ਨੁਕਸਾਨ ਨਹੀਂ ਹੁੰਦਾ, ਪਰ ਝੰਡੇ ਪੱਤੇ 'ਤੇ ਜਦੋਂ ਇੱਦਾਂ ਦੀ ਗਲਤੀ ਹੋ ਜਾਂਦੀ ਆ ਤਾਂ ਕ੍ਰੋਪ ਨੇ ਸਟ੍ਰੈਸ ਲੈਣਾ ਹੁੰਦਾ, ਉਹ ਲੈਂਦੀ ਹੈ ਸਟ੍ਰੈਸ, ਕਿਉਂਕਿ ਝੰਡੇ ਪੱਤੇ ਦੀ ਖੁਰਾਕ ਆ ਜਿਹੜੀ ਉਹ ਅਕਸਰ ਬੱਲੀ ਨੂੰ ਪ੍ਰਭਾਵਿਤ ਕਰਦੀ ਹੈ, ਪਰ ਜਿਹੜੀ ਇਨਸੈਕਟ ਦੁਆਰਾ ਖਤਮ ਹੁੰਦਾ ਤਾਂ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਕਰਦਾ, ਜੇਕਰ ਤੁਹਾਡੀ ਗਲਤੀ ਨਾਲ ਬੂਟੇ ਨੂੰ ਝਟਕਾ ਲੱਗਦਾ ਉਹ ਖਰਾਬ ਕਰਦਾ। ਹੁਣ ਗੱਲ ਕਰੀਏ ਵੀ ਇਹਨਾਂ ਦੇ ਵਿੱਚੋਂ ਕਰਨੀ ਕਿਹੜੀ ਆ। ਠੀਕ ਹੈ, ਸਾਰੀਆਂ ਜਿਹੜੀਆਂ ਵਰਾਇਟੀਆਂ ਬੌਣੇ ਕੱਦ ਦੀਆਂ ਹੈਗੀਆਂ ਉਹਨਾਂ ਦੇ ਵਿੱਚ 0932 ਜਾਂ 052-34 ਕੀਤੀ ਜਾ ਸਕਦੀ ਹੈ। 100 ਲੀਟਰ ਪਾਣੀ 'ਚ 1 ਕਿਲੋ ਸਫੀਸ਼ੀਐਂਟ ਡੋਜ ਆ। ਹਾਂ, ਇਹਦੇ ਵਿੱਚ ਜ਼ਿੰਕ ਵੀ ਪੈ ਜੂਗਾ, ਬੋਰਨ ਵੀ ਪੈ ਜੂਗਾ, ਪਰ ਉਹਨਾਂ ਦੀ ਡੋਜ 0.5 ਗ੍ਰਾਮ ਪ੍ਰਤੀ ਲੀਟਰ ਹੀ ਰੱਖਣੀ ਹੈ, ਕਿਉਂਕਿ ਜਿਹੜੇ ਜ਼ਿੰਕ ਤੇ ਬੋਰਨ ਆ ਇਹ ਮਾਈਕਰੋ ਨਿਊਟ੍ਰੀਐਂਟ ਨੇ, ਮਤਲਬ ਬਹੁਤ ਹੀ ਘੱਟ ਸੂਈ ਦੀ ਨੋਕ ਦੇ ਬਰਾਬਰ ਇੱਕ ਬੂਟੇ ਨੂੰ ਚਾਹੀਦੇ ਹੁੰਦੇ ਆ, ਤੇ ਤੁਸੀਂ ਚਮਚਾ ਭਰ ਕੇ ਖਵਾਉਣ ਨਾ ਬੈਠ ਜਾਓ ਕਿ ਉਹਨਾਂ ਨੂੰ ਤੁਸੀਂ ਕੋਈ 200 ਗ੍ਰਾਮ ਪਾਈ ਜਾਂਦਾ, ਕੋਈ 150 ਗ੍ਰਾਮ ਪਾਈ ਜਾਂਦਾ, ਪਾਣੀ ਲਾਉਣਾ ਹੀ ਨਹੀਂ ਹੈਗੇ ਸਹੀ ਤਰੀਕੇ ਨਾਲ, ਤੇ ਨਾਲ ਕੋਈ ਹੋਰ ਵੀ ਤੇਲੇ ਵਾਲੀਆਂ ਸਪਰੇਹਾਂ ਜਾਂ ਫੰਗੀਸਾਈਡ ਮਿਕਸ ਕਰੀ ਜਾਂਦੇ ਹੋ, ਇਹ ਇੱਕ ਗਲਤ ਤਰੀਕਾ ਹੈਗਾ, ਬੈਡ ਕ੍ਰੋਪ ਪ੍ਰੈਕਟਿਸ ਹੈ। ਤੁਸੀਂ ਫਸਲ ਨੂੰ ਸਹਾਰਾ ਦੇਣ ਦੀ ਬਜਾਏ ਉਹਦੀ ਗਲ ਘੁੱਟ ਰਹੇ ਹੋ, ਤੁਸੀਂ ਉਹਨੂੰ ਸਟ੍ਰੈਸ ਦੇ ਰਹੇ ਹੈਗੇ ਹੋ, ਤਾਂ ਉਹਦੇ ਨਾਲ ਤੁਹਾਡਾ ਝਾੜ ਨਹੀਂ ਵਧਣਾ ਹੈਗਾ। ਤੇ ਇੱਕ ਗੱਲ ਹੋਰ ਐਡ ਕਰ ਦੇਵਾਂ, ਜਿੰਨੀਆਂ ਵੀ ਇਹ ਸਪਰੇਹਾਂ ਤਾਕਤ ਵਾਲੀਆਂ ਜਿਹੜੀਆਂ NPK ਸਪਰੇਹਾਂ ਨੇ, ਇਹ ਤੁਹਾਡੀ ਫਸਲ ਦੇ ਉੱਤੇ ਜਾਣ ਤੋਂ ਬਾਅਦ ਇੱਕ ਚੰਗੇ ਬੂਟਾ ਜਿਹੜਾ ਹੈਗਾ ਚੰਗੇ ਮੌਸਮ ਦੀ ਵੇਟ 'ਚ ਰਹਿੰਦਾ ਹਮੇਸ਼ਾ। ਅਗਰ ਚੰਗਾ ਮੌਸਮ ਆ ਜਾਂਦਾ ਹੈਗਾ ਤਾਂ ਆਲਸੀ ਕਿਸਾਨ ਦਾ ਵੀ ਝਾੜ ਵਧੀਆ ਆ ਜਾਂਦਾ, ਕਿਉਂਕਿ ਆਲਸੀ ਕਿਸਾਨ ਆ ਜਿਹੜਾ ਉਹ ਕੋਈ ਵੀ ਸਪਰੇਅ ਨਹੀਂ ਕਰਦਾ ਜਦੋਂ ਆਪਾਂ ਕਹਿੰਦੇ ਹਾਂ।
ਤੇ ਇਹ ਵੀ ਨਾ ਕਹੋ ਵੀ ਹਿੰਮਤੀ ਕਿਸਾਨ ਜ਼ਿਆਦਾ ਸਪਰੇਅ ਕਰਦੇ ਆ। ਮੈਨੂੰ ਲੱਗਦਾ ਵੀ ਹਿੰਮਤੀ ਕਿਸਾਨ ਜ਼ਿਆਦਾ ਮਿਕਸਚਰ ਬਣਾ ਕੇ ਸਪਰੇਅ ਕਰਦੇ ਆ, ਉਹਦੇ ਨਾਲ ਨੁਕਸਾਨ ਵੀ ਹੋ ਸਕਦਾ। ਚੰਗੇ ਮੌਸਮ ਦੇ ਵਿੱਚ ਜਿਹੜਾ ਤੁਹਾਡੇ ਝਾੜ ਦੇ ਵਿੱਚ ਸਹਾਰਾ ਲੱਗਣਾ, ਗ੍ਰੇਨ ਕੁਆਲਿਟੀ ਬਣਨੀ ਆ, ਉਹਦੇ ਵਿੱਚ ਪਲੱਸ ਪੁਆਇੰਟ ਆ ਸਕਦਾ। ਮਤਲਬ ਕਿਵੇਂ ਕਿ ਕੋਈ ਬੱਚਾ ਪੇਪਰ ਦੇ ਰਿਹਾ ਹੈਗਾ ਤਾਂ ਉਹਨੂੰ ਅਗਰ ਚੰਗੀ ਤਿਆਰੀ ਕੀਤੀ ਹੋਈ ਆ ਤੇ ਤਿਆਰੀ ਕੀਤੇ ਹੋਏ ਦੇ ਵਿੱਚ ਉਹਨੂੰ ਸਾਰੇ ਸਵਾਲ ਅਗਰ ਪੇਪਰ ਦੇ ਵਿੱਚ ਆਉਂਦੇ ਹੈਗੇ ਆ ਤਾਂ ਜਿੱਥੇ ਉਹਨੇ ਤਿਆਰੀ ਮਤਲਬ 100 ਦੇ ਵਿੱਚੋਂ 80 ਨੰਬਰ ਲੈਣ ਦੀ ਕੀਤੀ ਸੀਗੀ ਤਾਂ ਉਹਦੇ 90 ਵੀ ਆ ਸਕਦੇ ਆ। ਠੀਕ ਹੈ, ਅਗਰ ਉਹਨੇ ਤਿਆਰੀ ਵੀ ਵਧੀਆ ਕੀਤੀ ਹੈਗੀ ਪਰ ਜਿਹੜੀ ਉਹਨੇ ਤਿਆਰੀ ਕੀਤੀ ਆ ਉਹਦੇ ਵਿੱਚੋਂ ਸਿਲੇਬਸ ਪੇਪਰ ਦੇ ਵਿੱਚ ਸਹੀ ਨਹੀਂ ਆਉਂਦਾ ਹੈਗਾ ਤਾਂ ਉਹਦੇ ਨੰਬਰ 80ਆਂ ਦੇ ਵਿੱਚੋਂ 65 70 ਵੀ ਰਹਿ ਸਕਦੇ ਹੈਗੇ ਆ। ਜਿਹੜੀ ਐਨਪੀਕੇ ਸਪਰੇਅ ਤੁਸੀਂ ਕਰਦੇ ਹੈਗੇ ਹੋ ਫਸਲ ਦੇ ਉੱਪਰ, ਕੋਈ ਵੀ ਕਰਦੇ ਹੋ, ਕਿਸੇ ਫਸਲ ਦੇ ਉੱਤੇ ਵੀ ਕਰਦੇ ਹੋ, ਦੋ ਦੋ ਵਾਰੀ ਵੀ ਕਰਦੇ ਹੋ, ਤਾਂ ਉਹਦੇ ਨਾਲ ਸਹੀ ਮੌਸਮ ਦੇ ਵਿੱਚ ਤੁਹਾਡਾ ਝਾੜ ਜ਼ਿਆਦਾ ਵੱਧਦਾ, ਘੱਟ ਮੌਸਮ ਦੇ ਵਿੱਚ ਫਸਲ ਦੀ ਇਮਿਊਨਿਟੀ ਬਣਦੀ ਆ। ਮਤਲਬ ਕਿ ਓਵਰਆਲ ਫਾਇਦਾ ਤਾਂ ਹੁੰਦਾ ਪਰ ਕੁਦਰਤ ਹੀ ਡਿਸਾਈਡ ਕਰਦੀ ਆ ਕਿ ਤੁਹਾਡੀ ਉਸ ਸਪਰੇਅ ਦਾ ਕਿੰਨਾ ਕੁ ਜ਼ਿਆਦਾ ਫਾਇਦਾ ਹੋਵੇਗਾ। ਇਹ ਗੱਲ ਮੈਨੂੰ ਲੱਗਦਾ ਹੁਣ ਤੁਹਾਨੂੰ ਕਿਸੇ ਵੀ ਆਉਣ ਵਾਲੇ ਸਾਲ ਦੇ ਵਿੱਚ ਤੁਹਾਨੂੰ ਪੁੱਛਣੀ ਨਹੀਂ ਬਣਦੀ ਹੈਗੀ ਕਿ ਸਪਰੇਅ ਕਿਹੜੀ ਕਰੀਏ, ਕਦੋਂ ਕਰੀਏ ਤੇ ਇਹਦਾ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ। ਕਿਉਂਕਿ ਜਿੱਦੇ ਤੁਹਾਡਾ ਬੂਟਾ ਉੱਗ ਰਿਹਾ ਆ, ਪਨੀਰੀ ਤਿਆਰ ਹੋ ਰਹੀ ਹੈ, ਉਹਦੇ ਵੀ ਮੈਟਰ ਕਰਦੇ ਆ। ਜਦੋਂ ਪਨੀਰੀ ਪੱਟ ਕੇ ਖੇਤ 'ਚ ਲੱਗਦੀ, ਖਰੇਕ ਜਿਹੜਾ ਖੇਤ ਦਾ ਪਿਛਲੇ 2 ਸਾਲਾਂ ਦਾ ਰਿਕਾਰਡ ਆ ਉਹ ਵੀ ਮੈਟਰ ਕਰਦਾ, ਤੇ ਉਸ ਦਿਨ ਤੋਂ ਲੈ ਕੇ ਆ ਜਿਹੜਾ ਮੁੰਜਰ ਨਿਕਲਣ ਤੱਕ ਦਾ ਸਮਾਂ ਆ ਗਿਆ, ਜਿਹੜੀ ਖਾਦ ਖੁਰਾਕ ਖਾਧੀ ਆ ਉਹਦੇ ਨਾਲ ਉਹਦਾ ਜੁੱਸਾ ਬਣਿਆ, ਉਹਦੀ ਇਮਿਊਨਿਟੀ ਬਣੀ ਹੈਗੀ ਆ, ਤਾਂ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਆ। ਉਹਨਾਂ ਚੀਜ਼ਾਂ ਦੇ ਵਿੱਚ ਬੂਟਾ ਏ ਕਲਾਸ ਕੰਡੀਸ਼ਨ ਦੇ ਵਿੱਚ ਰਿਹਾ ਤਾਂ ਉਹਨੂੰ ਕਿਸੇ ਐਨਪੀਕੇ ਦੀ ਲੋੜ ਨਹੀਂ ਹੈਗੀ, ਤਾਂ ਉਹ ਵਧੀਆ ਗ੍ਰਾਫ ਮੇਨਟੇਨ ਕਰੇਗਾ, ਚੰਗਾ ਝਾੜ ਦੇਵੇਗਾ। ਤੇ ਖਰਚੇ ਦੀ ਗੱਲ ਕਰਕੇ ਇਹਨਾਂ ਸਪਰੇਹਾਂ ਦਾ ਕੋਈ ਖਰਚਾ ਜ਼ਿਆਦਾ ਨਹੀਂ ਹੁੰਦਾ, ਇਹਨਾਂ ਨੂੰ ਗਲਤ ਤਰੀਕੇ ਨਾਲ ਵਰਤਣ ਦੇ ਨਾਲ ਝਾੜ ਨਹੀਂ ਆਉਂਦਾ ਹੈਗਾ, ਕੋਈ ਤੁਹਾਡਾ ਫਾਇਦਾ ਨਹੀਂ ਹੁੰਦਾ ਹੈਗਾ। ਤੁਸੀਂ ਇੱਕ ਫੰਗੀ ਸਾਈਡ ਲੈ ਲਿਆ, ਇੱਕ ਬੈਕਟੀਰੀ ਸਾਈਡ ਲੈ ਗਿਆ, ਇੱਕ ਤੇਲੇ ਮਾਰ ਸਪਰੇਅ ਲੈ ਲਈ, ਇੱਕ ਐਨਪੀਕੇ ਪਾ ਲਿਆ, ਉਹਦੇ ਵਿੱਚ ਬਰੋਨ ਤੇ ਜਿੰਕ ਵੀ ਪਾ ਲਿਆ, 6 ਸਪਰੇਹਾਂ ਹੋ ਗਈਆਂ, ਤਾਕਤ ਵਾਲੀ ਤੇ ਦਵਾਈ ਤੁਸੀਂ ਸਾਰੀ ਇਕੱਠੀ ਕਰ ਲਈ। ਠੀਕ ਹੈ, ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਦਾਂ ਦੀਆਂ ਗਲਤੀਆਂ ਤੁਹਾਨੂੰ ਆਪਣੀ ਪੁੱਤਾਂ ਵਰਗੀ ਫਸਲ ਤੇ ਕਰਨੀਆਂ ਚਾਹੀਦੀਆਂ। ਮੈਨੂੰ ਲੱਗਦਾ ਤੁਹਾਡੇ 3-4 ਸਵਾਲਾਂ ਦੇ ਜਵਾਬ ਸਟੀਕ ਰੂਪ ਵਿੱਚ ਮਿਲ ਗਏ ਹੋਣਗੇ, ਤੇ ਸਾਰੇ ਕਿਸਾਨਾਂ ਦੇ ਨਾਲ ਜ਼ਰੂਰ ਸਾਂਝੀ ਕਰ ਲਿਆ ਕਰੋ। ਆਉਣ ਵਾਲੇ ਸੀਜ਼ਨ ਦੇ ਵਿੱਚ ਆਪਾਂ ਇੱਕ ਜਿੰਨਾ ਕੁ ਕੰਮ ਆਪਾਂ ਨੂੰ ਪਰਮਾਤਮਾ ਨੇ ਮੌਕਾ ਦਿੱਤਾ ਕਰਨ ਦਾ, ਉਹਨੂੰ ਆਪਾਂ ਇੱਕ ਬੁੱਕ ਦੇ ਰੂਪ ਵਿੱਚ ਵੀ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਉਹ ਇਕੱਲੀ ਇਕੱਲੀ ਵੀਡੀਓ ਵਿੱਚ ਇੱਕ ਟੌਪਿਕ ਕਵਰ ਹੁੰਦਾ, ਤੇ ਸਾਰਾ ਜਿਹੜਾ ਝੋਨੇ ਦੀ ਫਸਲ ਬਾਰੇ ਜੋ ਵੀ ਲਿਟਰੇਚਰ ਹੋ ਸਕਦਾ ਉਹ ਬੁੱਕ 'ਚ ਇੱਕ ਆਪਾਂ ਦੇਣ ਦੀ ਕੋਸ਼ਿਸ਼ ਕਰੀਏ। ਪਹਿਲਾਂ ਵੀ ਆਪਾਂ ਇੱਕ ਬੁੱਕ ਨਰਮੇ ਦੀ ਫਸਲ ਦਿੱਤੀ ਆ, ਤੇ ਕੋਈ ਵੀ ਬੁੱਕ ਕੰਪਲੀਟ ਨਹੀਂ ਹੁੰਦੀ ਹੈਗੀ, ਇੱਕ ਬੁੱਕ ਤੁਹਾਨੂੰ ਸਹਾਰਾ ਦਿੰਦੀ ਹੈ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਂਦੇ ਆ। ਜੇ ਤੁਹਾਡੇ ਸਵਾਲ ਜ਼ਿਆਦਾ ਆ ਜਾਂ ਵੱਡੇ ਸਵਾਲ ਆ, ਡੂੰਘੇ ਸਵਾਲ ਆ, ਤਾਂ ਤੁਹਾਨੂੰ ਆਪ ਨੂੰ ਖੁਦ ਨੂੰ ਹੀ ਉਹਨਾਂ 'ਤੇ ਕੰਮ ਕਰਨ ਦੀ ਲੋੜ ਹੁੰਦੀ ਹੈ। ਸੋ ਇੰਨੀਆਂ ਕੁ ਜਾਣਕਾਰੀਆਂ ਨਾਲ ਤੁਹਾਡੇ ਤੋਂ ਵਿਦਾ ਲੈਣਾ, ਹੋਰ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਹਾਜ਼ਰੀ ਲਵਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ 'ਤੇ ਬਣੇ ਰਹੋ। ਧੰਨਵਾਦ।